हाँ जी दोस्तों, सारे वीरां नूं प्यार भरी सति श्री अकाल। मैं थोड़ा अपना सुखी शेरगिल, पिंड हरीगढ़, जिला संगरूर बरनाला। दोस्तों जिवें तुहानूं पता, आपां धनौले दी मंडी दे दो तीन महीने पहलां वीडियो पाई थी 4 लाख की मझ वाली, उस तरह ही आपां तुहानूं एक होर मझ दिखाउणे आ जिहदे आले दुआले लोकां दी भीड़ होई खड़ी है। फुलकारी पाई भी है, जिवें ब्याह दे विच गड्डी मिलदी हुंदी ना, उहदे उत्ते टौर नाल फुलकारी पाउणे हुंदे आ। ਅਸੀਂ ਬਾਈ ਹੁਰੀ ਇੱਕ ਮੱਝ ਦੇ ਫੁਲਕਾਰੀ ਪਾਈ ਵੀ ਆ, ਕਹਿੰਦੇ 5-6 ਲੱਖ ਰੁਪਏ ਦੇ ਮੁੱਲ ਦੀ ਮੱਝ ਆ ਗਈ। ਤੇ ਆ ਜਾਓ, ਤੁਹਾਨੂੰ ਬਾਈ ਹੁਰੀ ਨਾਲ ਗੱਲ ਕਰਾਉਣੇ ਆ। ਪਹਿਲਾਂ ਹੀ ਤੁਹਾਨੂੰ ਮੱਝ ਦੇ ਆਲੇ ਦੁਆਲੇ ਜਿਹੜਾ ਪਹਿਲਾਂ ਇਕੱਠ ਹੈ ਉਹ ਦੇਖੋ, ਵੀ ਜਿਵੇਂ ਮੇਲਾ ਨਹੀਂ ਲੱਗਿਆ ਹੁੰਦਾ, ਕੋਈ ਕਬੱਡੀ ਵਾਲਾ ਪਹਿਲਵਾਨ ਆਇਆ ਹੁੰਦਾ ਜਾਂ ਉਸ ਟਾਈਪ ਦੇ, ਜਾਂ ਕੋਈ ਬੜਾ ਤਕੜਾ ਖਿਡਾਰੀ ਜਾਂ ਕੋਈ ਤਕੜਾ ਸਿੰਗਰ ਆਇਆ ਹੁੰਦਾ, ਉਹਨੂੰ ਦੇਖਣ ਦੇ ਲਈ ਲੋਕਾਂ ਦਾ ਮੇਲਾ ਲੱਗਿਆ ਹੁੰਦਾ। ਉਸੇ ਤਰ੍ਹਾਂ ਹੀ ਇੱਥੇ ਮੇਲਾ ਲੱਗਿਆ ਪਿਆ ਲੋਕਾਂ ਦਾ ਧਨੌਲੇ ਵਾਲੀ ਮੰਡੀ ਦੇ ਵਿੱਚ। ਮੈਂ ਜਦੋਂ ਮੰਡੀ ਦੇ ਵਿੱਚ ਵੜਿਆ ਤਾਂ ਵੜਨਸਾਰ ਵੀਰਾਂ ਨੇ ਹਰੇਕ ਨੇ ਇਹੀ ਕਿਹਾ, ਕਹਿੰਦੇ ਬਾਈ ਉੱਥੇ ਜਾਓ, ਕਹਿੰਦੇ ਪ੍ਰਦਰਸ਼ਨੀ ਵਾਲਾ ਕੰਮ ਹੀ ਆ। ਬਾਈ ਹੁਰੀ ਆਏ ਵੇ ਨੇਗੇ, ਕਿੱਥੋਂ ਆਏ ਨੇ, ਕੀ ਨਾਂ ਗਾ, ਉਹ ਵੀ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਮਾੜਾ ਜਿਹਾ ਮੱਝ ਦੇ ਦਰਸ਼ਨ ਕਰਾ ਦਈਏ, ਉਦੋਂ ਪਹਿਲਾਂ ਜਿਹੜੇ ਬਾਈ ਦੇਖਣ ਖੜੇ ਨੇ ਆਪਾਂ ਇਹਨਾਂ ਦੀ ਵੀ ਫੋਟੋ ਲੈ ਲਈਏ ਵਿੱਚ, ਕਿਉਂ ਸਾਰੇ ਵੀਰਾਂ ਭੈਣਾਂ ਨੂੰ ਹੁੰਦਾ ਹੀ ਆ, ਹੈ ਨਾ, ਵੀ ਚੱਲ ਆਪਾਂ ਵੀ ਚੈਨਲ 'ਤੇ ਆਈਏ। ਅਤੇ ਨਾਲ ਹੀ ਸਾਡੀ ਬੇਨਤੀ ਆ ਬਾਈ, ਸਾਡੇ 5 ਆਪ ਪੈਦਾਵਾਰ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਨਾ ਦੇਖੋ ਬਤੰਦਰਾ ਨੇ ਨਾ ਹੀ ਬੜਾ ਕਾਇਮ ਰੱਖਿਆ ਬਿੱਲੋ, ਕਿ ਨਹੀਂ ਬਾਪੂ, ਕਿਹੜਾ ਪਿੰਡ ਆ ਬਾਪੂ ਦਾ? ਕਮੂਣਾ ਆਦਮੀ ਮੁੱਛਾਂ ਵਾਲੀ ਰੰਨ, ਹਾਂ ਜਿਹੜਾ ਕਰੇ ਇਤਵਾਰ, ਹਾਂ ਉਹਦੀ ਦੰਦੀਆਂ ਢੂਹੀ ਭੰਨ, ਉਹਦੀ ਦੰਦੀਆਂ ਢੂਹੀ ਭੰਨ। ਚਲ ਐਂ ਕਰਨੇ ਆਪਾਂ, ਤੇ ਫਿਰ ਤਾਂ ਮੈਂ ਭਾਈ ਕੱਟਾ ਵਧੀਆ ਵੇਚਦਾ ਹੈ। ਤੇ ਬਾਈ ਹੁਰੇ ਨੇ ਹਾਰ ਸ਼ਿੰਗਾਰ ਕਰਿਆ ਵਾ ਪੂਰੇ ਟੌਪ ਦਾ, ਆਪਾਂ ਹੁਣ ਇਹਨੂੰ ਨਾਂ ਲੈ ਕੇ ਬੁਲਾਵਾਂਗੇ, ਨਾਂ ਗਾ ਬਿੱਲੋ, ਜਿਵੇਂ ਉਹ ਹੈਪੀ MH1 ਤੇ ਨਹੀਂ ਚੱਲਦਾ ਹੁੰਦਾ, ਉਹ ਹੈਪੀ ਬਿੱਲੋ ਵਾਲਾ, ਹੈ ਨਾ, ਉਹਨੂੰ ਦੇਖ ਕੇ ਜਲ ਇਹਦੀ ਯਾਦ ਆ ਗਈ ਵੀ ਉਹੀ ਬਿੱਲੋ ਆ। ਤੇ ਬਾਈ ਹੁਰੇ ਨੇ ਹਾਰ ਸ਼ਿੰਗਾਰ ਕਰਿਆ ਵਾ ਪੂਰਾ ਵਧੀਆ, ਤੇ ਫੁਲਕਾਰੀ ਵੀ ਪਾਈ ਵੀ ਹੈ। ਤੇ ਚਲੋ ਬਾਪੂ ਦੇ ਪੁੱਛਣ ਕਰਕੇ ਬਾਈ ਹੁਰੇ ਨੇ ਦੱਸਤਾ ਪ੍ਰਾਈਸ, ਕਹਿੰਦੇ 5 ਲੱਖ ਆ। ਮੈਂ ਪਹਿਲਾਂ ਹੀ ਹਿਸਾਬ ਲਾਇਆ ਸੀ, ਮਹਾਂ ਵੀ ਇੰਨਾ ਰੇਟ ਹੋਣਾ ਮੱਝ ਦਾ, ਤੇ ਚੱਡਾ ਵਗੈਰਾ ਤੁਹਾਨੂੰ ਸਾਰਾ ਦਿਖਾ ਦਿਆਂਗੇ। ਤੇ ਬਾਈ ਇਹਨੂੰ ਮਾੜਾ ਖੋਲ ਕੇ ਗੇੜਾ ਦਵਾ ਦੋਗੇ? ਬਾਈ ਤਾਂ ਪਹਿਲੀ ਖੋੜੀ ਖੋਲੀ ਖੜਾ ਹੋਇਓ ਬਾਈ। ਲੈ ਵੀ ਮਿੱਤਰੋ, ਦਰਸ਼ਨੀ ਜਾਨਵਰ ਹੈ, ਜਿਵੇਂ ਆਪਾਂ ਕਹਿ ਦਿੰਦੇ ਵੀ ਦੇਖ ਕੇ ਭੁੱਖ ਲੈਂਦੀ ਹੈ। ਤੇ ਆਪਣੇ ਵਾਲੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, 5 ਆਪ ਪੈਦਾਵਾਰ ਨੂੰ। ਲੈ ਜਾਓ ਬਾਈ ਇਹਨੂੰ, ਬਸ ਆਪਾਂ ਦਿਖਾ ਦਈਏ ਸਾਰੀ, ਹੈ ਨਾ। ਤੇ ਹਜੇ ਸੂਣਾ ਬਾਈ ਇਹਨਾਂ ਨੇ, ਠੀਕ ਹੈ, ਕਿਵੇਂ ਸੂਏ ਸੂਣਾ ਬਾਈ? ਦੂਜਾ ਸੂਆ ਸੂਣਾ ਹੈ, ਅੱਛਾ, ਦੋ ਦੰਦ ਹੈ ਤੇ ਦੂਜੇ ਸੂਏ ਸੂਣਾ ਹੈ, ਠੀਕ ਹੈ। ਤੇ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਆ ਬਾਈ? ਕੀ ਇਹਦਾ ਕੋਈ ਉਹ ਹੁੰਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਇਹਦੇ ਪਿਤਾ ਪੁਰਖੇ? ਅੱਛਾ, ਹਰਿਆਣੇ ਚੋਂ ਤੁਸੀਂ ਇਹਦੀ ਮਾਂ ਲਿਆਂਦੀ ਸੀ? ਪਹਿਲਾਂ ਮੈਨੂੰ ਤੁਹਾਡਾ ਨਾਂ ਦੱਸੋ ਬਾਈ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੋਤੀ ਹੈ ਵੀਰੇ, ਜੋਤੀ। ਜੋਤੀ, ਤੇ ਆਪਣਾ ਵੀਰੇ? ਦਵਿੰਦਰ ਸਿੰਘ। ਦਵਿੰਦਰ ਸਿੰਘ, ਤੇ ਪਿੰਡ ਕਿਹੜਾ ਬਾਈ ਆਪਣਾ? ਸਰਸੜੀ। ਕਿਹੜੇ ਜ਼ਿਲ੍ਹੇ 'ਚ ਪਾਇਆ ਜਾਂਦਾ ਇਹ? ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਰਸੜੀ ਪਿੰਡ ਆ ਬਾਈ ਹੁਰਾਂ ਦਾ। ਆ ਜਾਓ ਬਾਈ, ਬਿੱਲੋ ਨੂੰ ਵੀ ਮੋੜ ਲਿਆਓ, ਬਾਕੀ ਗੱਲਾਂ ਉੱਥੇ ਜਾ ਕੇ ਕਰਦੇ ਹਾਂ। ਤੇ ਬਾਈ ਹੁਰੀ ਕਹਿੰਦੇ ਹਰਿਆਣੇ ਦੇ ਵਿੱਚੋਂ ਇਹਦੀ ਮਾਂ ਲਿਆਂਦੀ ਸੀਗੀ, ਤੇ ਉਦੋਂ ਬਾਅਦ ਫਿਰ ਉਸ ਤੋਂ ਕਰਾਸਿੰਗ ਵਗੈਰਾ ਸਾਨ ਆਪਣੇ ਘਰ ਹੀ ਆ ਜਦੋਂ ਕਰਾਸ ਕਰਾਉਣੇ ਹੋ ਜਾਂ? ਅੱਛਾ, ਟੀਕਾ ਕਰਵਾਈ ਦਾ। ਇਹਦੇ ਕਿਹੜਾ ਟੀਕਾ ਕਰਵਾਇਆ ਹੋਇਆ ਬਾਈ ਹੁਣ? M29 ਦਾ। ਅੱਛਾ, ਕੱਟੀ ਸੀਗੀ, ਠੀਕ ਹੈ ਠੀਕ ਹੈ। ਸੋ ਬਹੁਤ ਵਧੀਆ ਬਾਈ। ਤੇ ਇਹਦੇ ਕੋਲ ਥੱਲੇ ਪਹਿਲੀ ਵਾਰ ਦੁੱਧ ਕਿੰਨਾ ਸੀ ਬਾਈ? ਇਹ ਆਪਾਂ 16 ਤੇ 17 ਦੇ ਵਿੱਚ ਹੋਇਆ, ਖੀਰੀ ਸੂਈ ਸੀ ਉਦੋਂ। ਪਹਿਲੀ ਵਾਰ? ਹਾਂਜੀ, ਹੁਣ 16 ਤੇ 17, ਠੀਕ ਹੈ। ਐਤਕੀ 20 ਤੋਂ ਬਾਹਰ ਜਾਊਗੀ, 20 ਪਲੱਸ ਤੋਂ ਬਾਹਰ ਜਾਊਗੀ, 20 ਤੋਂ ਬਾਹਰ ਜਾਊਗੀ। ਹਾਂ, 28 ਤਰੀਕ ਨੂੰ ਦਿਨ ਪੂਰੇ ਹੋ ਜਾਏਗੀ, 28 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ, ਮੰਨ ਕੇ 18 ਦਿਨ ਰਹਿ ਗਏ, ਹੈ ਨਾ। ਹਾਂਜੀ ਬਿਲਕੁਲ ਬਾਈ। ਤੇ ਮੁੱਲ ਕਰਿਆ ਬਾਈ ਆਪਾਂ ਦਾ 5 ਲੱਖ ਰੁਪਇਆ, ਹੈ ਨਾ। ਹਾਂ, ਤੁਸੀਂ ਕਹਿੰਦੇ ਸੀ ਬਾਈ, ਠੀਕ ਹੈ, ਦਿਖਾਇਓ ਮਾੜਾ ਜਿਹਾ। ਵੇਖੋ ਗੱਲ ਵੀ ਮੰਨਦੀ ਆ ਕਿਸੇ ਤੋਂ? ਬਿਲਕੁਲ ਬਾਈ, ਹਾਂ ਹਾਂ ਬਾਈ, ਹਾਂ, ਤੇ ਗੱਲ ਵੀ ਮੰਨਦੀ ਆ ਬਾਈ ਬਿੱਲੋ ਕਿਸੇ ਤੋਂ? ਬਿਲਕੁਲ। ਤੇ ਇੱਕ ਬਾਈ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ, ਕਿਹੜਾ ਬਾਈ ਬੋਲੂਗਾ, ਹੈ ਨਾ। 82 8 2 4 7 5 2 4 7 5, ਠੀਕ ਆ। ਸਰਸੜੀ ਪਿੰਡ ਆ ਬਾਈ ਹੁਰਾਂ ਦਾ, ਤੇ ਕੋਟਕਪੁਰੇ ਲਵੇ, ਫਰੀਦਕੋਟ ਜ਼ਿਲ੍ਹਾ ਪੈ ਜਾਂਦਾ, ਠੀਕ ਹੈ ਠੀਕ ਹੈ। ਸੋ ਬਹੁਤ ਵਧੀਆ, ਜਿਹੜੇ ਨਵੇਂ ਵੀਰ ਵੀਡੀਓ ਨੂੰ ਦੇਖ ਰਹੇ ਨੇ ਆਪਣੇ ਚੈਨਲ 'ਤੇ, ਬੇਨਤੀ ਆ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 5 ਆਪ ਪੈਦਾਵਾਰ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਮੇਲਾ ਤੁਸੀਂ ਦੇਖ ਹੀ ਸਕਦੇ ਹੋ, ਆ ਮੱਝ ਦੇ ਆਲੇ ਦੁਆਲੇ ਕਿਵੇਂ ਲੱਗਿਆ ਹੋਇਆ ਸੀਗਾ। ਸੋ ਠੀਕ ਆ ਬਾਈ, ਹੈ, ਪਰਮਾਤਮਾ ਰੱਖੇ, ਵਾਧਾ ਬਖਸ਼ੇ ਕਿਸੇ ਵੀ ਆਪਣੇ ਜਾਨਵਰ ਨੂੰ, ਹੈ ਨਾ। ਬਹੁਤ ਵਧੀਆ ਬਾਈ, ਪਿਆਰ ਕਰਦੇ ਹੋ ਜਾਨਵਰਾਂ ਨੂੰ, ਅਤੇ ਹਰੇ ਸਭ ਤੋਂ ਵੱਡੀ ਗੱਲ ਵਧਾਈ ਇਸ ਗੱਲ ਦੀ ਹੈ ਵੀ ਬਰੀਡ 'ਤੇ ਕੰਮ ਕਰ ਰਹੇ ਹੋ, ਹੈ ਨਾ, ਵਧੀਆ ਨਸਲ ਦੀਆਂ ਮੱਝਾਂ ਆਉਣਗੀਆਂ।
ਤਾਂ ਉਹਨਾਂ ਜ਼ਿਆਦਾ ਆਪਣਾ ਵੱਧ ਨਾਂ ਰੌਸ਼ਨ ਹੋਊਗਾ ਅਤੇ ਆਪਣੇ ਪੰਜਾਬ ਦੇ ਵਿੱਚ ਵਧੀਆ ਬਰੀਡ ਆਊਗੀ। ਥੈਂਕ ਯੂ ਬਾਈ।